से सुन रहे हो चावला न्यूज नेटवर्क टोरंटो CNN टोरंटो। साहब वाहेगुरु जी का खालसा वाहेगुरु जी की फतेह। वेलकम स्वागत है सत श्री अकाल। वाहेगुरु जी का खालसा वाहेगुरु जी की फतेह जी। मित्रा दा नाम चलदा सवेर दा तुसी करके ते मैनूं ते पाया परथू। हाजी गुरदीप मामू जी का दोस्तों फोन आया सी, मैं आवाज मारी ते मैनूं खुशी है कि जद किसी ने उन्होंने मैसेज दिता जां सुणदे पए ने। जे सुणदे ने तां बहुत बहुत धन्नवाद। गल आम आदमी पार्टी की चली सी तां 420 दे जिहड़े केस आ, उह कहिंदे एडे वड्डे निक्के निक्के केस, कहिंदे इहनां दी कोई गल आ। खैर इह उहनां दा वर्जन सीगा, फिर कितें गलबात करांगे उहनां नाल। वो गल चली सीगी मतलब कांग्रेस की पार्टियां की, आम आदमी पार्टी की, दूजे दूजे जिहड़े नेता ने। पहला नेता लोग गुंडिया का सहारा लेंदे सी ते गुंडे नेता का सहारा लेंदे सी, ते नेता ने कहा भी अही हुण आप ही कर लैने आ काम भी, ते गुंडिया ने कहा भी तुसीं ठीक आ साडे वाले काम करने, अहीं तुहाडे वाले कर लैणे, अहीं नेता बण जांदे। ठीक आ भी तुसीं साडे वाला रह लिया, अहीं तुहाडे वेखो ना गल ते तुसीं साडा हक मारोगे ते अहीं तुहाडा हक मारांगे। ਆਪਾਂ ਕੁਝ ਹਟ ਕੇ ਗੱਲਬਾਤ ਕਰਨੀ ਆ ਅੱਜ ਥੋੜਾ ਜਿਹਾ। ਇੱਕ ਤਾਂ ਡਾਕਟਰ ਕਫੀ ਨੇ, ਉਹਨਾਂ ਨੇ ਕਫੀਲ ਖਾਨ ਜੋਗੀ ਦੇ ਖਿਲਾਫ ਚੋਣ ਲੜਨ ਲਈ ਤਿਆਰ ਨੇ, ਯੂਪੀ ਦੀ ਗੱਲ ਕਰਾਂਗੇ। ਕੋਈ ਪੰਜਾਬ ਦੀ ਬੜੀ ਗੱਲ ਹੋ ਰਹੀ ਆ, ਪੰਜਾਬ ਦੇ ਵਿੱਚ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੇ ਪੂਰੇ ਵਿਸ਼ਵ ਦੇ ਵਿੱਚ ਰੇੜੀ ਨਹੀਂ ਹੋਣੇ ਜਿੰਨੇ ਸਾਡੇ ਮੁੰਡੇਰੀ ਵਿੱਚ ਨਹੀਂ, ਸਾਰਿਆਂ 'ਤੇ ਇਹੀ ਗੱਲ ਚੱਲਦੀ ਹੈ। ਕੀ ਕਹਿਣਾ ਚਾਹੋਗੇ ਤੁਸੀਂ ਡਾਕਟਰ ਕਫੀਲ ਖਾਨ ਜੋਗੀ ਖਿਲਾਫ ਚੋਣ ਲੜਨ ਲਈ ਤਿਆਰ ਹੋਏ ਨੇ? ਮੇਨ ਚੀਜ਼ ਹੈ ਵੀ ਡਾਕਟਰ ਕਫੀਲ ਖਾਨ ਹੈ ਕੌਣ? ਡਾਕਟਰ ਕਫੀਲ ਖਾਨ ਜਿਹੜੇ ਇਹ ਬੱਚਿਆਂ ਦੇ ਬੜੇ ਮਾਹਿਰ ਡਾਕਟਰ ਨੇ, ਤੇ 2017 ਦੇ ਵਿੱਚ ਜਦੋਂ ਆਕਸੀਜਨ ਦੀ ਘਾਟ ਕਰਕੇ ਕਾਫੀ ਬੱਚਿਆਂ ਦੀਆਂ ਜਾਨਾਂ, ਲੋਕਾਂ ਦੀਆਂ ਜਾਨਾਂ ਚਲੇ ਗਈਆਂ ਸੀ, ਕਫੀਲ ਖਾਨ ਨੇ ਉਦੋਂ ਰੌਲਾ ਪਾਇਆ ਸੀ ਭਾਈ ਗੈਸ ਹੈ ਨੀ ਸਾਡੇ ਕੋਲ, ਆਕਸੀਜਨ ਹੈਗੀ, ਤੇ ਇਹਨਾਂ ਨੂੰ ਚੁੱਪ ਕਰਨ ਲਈ ਕਿਹਾ ਵੀ ਚੁੱਪ ਕਰ ਜੇ ਰੌਲਾ ਦੀ ਪਾਉਣਾ। ਉਹ ਕਹਿੰਦੇ ਚੁੱਕੋ ਆਪਣੀ ਨੌਕਰੀ, ਮੈਂ ਘਰੋਂ ਚੱਲਿਆ, ਮੈਂ ਕੰਮ ਕਰਨਾ, ਤਨਖਾਹ ਲੈਣੀ ਹੈ, ਮੈਂ ਬਿੱਲੇ ਪੈ ਕੇ ਤਨਖਾਹ ਲੈ ਲੈਣੀ। ਹੁਣ ਡਾਕਟਰ ਕਫੀਲ ਖਾਨ ਨੇ ਇੰਨੀ ਗੱਲ ਕਹੀ ਵੀ ਜੇ ਮੈਨੂੰ ਕੋਈ ਪਾਰਟੀ ਟਿਕਟ ਦੇਵੇ ਤੇ ਮੈਂ ਜਿਹੜਾ ਯੂਪੀ ਦਾ ਮੁੱਖ ਮੰਤਰੀ ਯੋਗੀ ਆ ਉਹਦੇ ਖਿਲਾਫ਼ ਚੋਣ ਲੜਨੀ ਤਿਆਰ ਬਰ ਤਿਆਰ ਹੈ ਗੋਰਖਪੁਰ ਤੋਂ, ਤੇ ਡਾਕਟਰ ਸਾਹਿਬ ਜੇ ਨਾ ਵੀ ਟਿਕਟ ਮਿਲੇ ਤੇ ਤਾਂ ਵੀ ਚੋਣ ਲੜ ਲਓ। ਘੱਟੋ ਘੱਟ ਤੁਹਾਨੂੰ ਇਹ ਪਤਾ ਲੱਗ ਜੂ ਜੇ ਤੁਸੀਂ ਕੋਈ ਚਾਹੀਦਾ ਕੰਮ ਕੀਤਾ, ਲੋਕ ਤੁਹਾਡੇ ਨਾਲ ਕਿੰਨੇ ਕੁ ਤੁਹਾਡੇ ਨਾਲ ਖੜੇ। ਬਿਲਕੁਲ 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 ਪਟੀ ਸਾਹਿਬ ਆਹ ਗੱਲ ਬਹੁਤ ਵਧੀਆ ਗੱਲ ਕਹੀ ਤੁਸੀਂ, ਕਿਉਂਕਿ ਸਾਡੀ ਇੱਕ ਨਾ ਰਹਿ ਗਈ ਬੜੀ ਤਕੜੀ ਬਦਕਿਸਮਤ ਬਣ ਚੁੱਕੀ ਹੈ। ਅੱਜ ਵੀ ਅਸੀਂ ਕਰਪਟ ਭ੍ਰਿਸ਼ਟ ਲੁੱਚੇ ਲੰਡੇ ਲੀਡਰ ਜਿਹੜੇ ਆ ਉਹਨਾਂ ਨੂੰ ਜਿਹੜੀ ਸਲਾਮ ਕਰਕੇ ਖੁਸ਼ ਆ, ਸ਼ਰੀਫ ਨੂੰ ਅਸੀਂ ਨੀ ਬਣਾਉਂਦੇ ਕਿਸੇ। ਅੱਛਾ ਮੈਨੂੰ ਐਡ ਕਰ, ਮੈਨੂੰ ਐਡ ਕਰ ਲੈਂਦੇ ਕੁਝ, ਤੁਸੀਂ ਲੁੱਚੇ ਲਫੰਗੇ ਕਿਹਾ, ਮੈਂ ਕਹਿੰਦਾ ਗੁੰਡੇ ਤੇ ਗੰਦੇ ਟਾਕ ਸ਼ੋ ਕਰਨ ਵਾਲਿਆਂ ਨੂੰ ਅਸੀਂ ਸਪੌਂਸਰ ਕਰਦੇ ਹਾਂ। ਓਡੀ ਓਡੀ ਉਮਰ ਦੀਆਂ ਸਾਡੀਆਂ ਧੀਆਂ ਘਰੇ ਨੇ, ਜਿੱਡੀਆਂ ਜਿੱਡੀਆਂ ਉਮਰ ਦੀਆਂ ਧੀਆਂ ਦਾ ਉਹ ਚਰਚਾ ਦੁਸ਼ ਵਿਸ਼ਵ ਭਰ ਦੇ ਵਿੱਚ, ਅਸੀਂ ਉਹਨਾਂ ਨੂੰ ਕਹਿੰਦੇ ਓਹ ਸਾਡਾ ਬਾਈ ਹੈ, ਗੱਲ ਬੜੀ ਠੋਕ, ਉਹਨਾਂ ਨੂੰ ਸਪੌਂਸਰ ਕਰਦੇ ਹਾਂ, ਸਾਨੂੰ ਵੀ ਜਫੀ ਪਾਇਆ ਕਹਿੰਦੇ, ਗੱਲ ਮਜ਼ਾ ਆ ਜਾਂਦਾ ਪ੍ਰੋਗਰਾਮ ਸੁਣਨ ਦਾ, ਪਰਿਵਾਰ ਦੇ ਨਾਲ ਬੈਠੇ ਹੋਈਦਾ। ਲੁੱਚੇ ਤੇ ਲਫੰਗੇ ਤੇ ਗੰਦਿਆਂ ਆਂਡਿਆਂ ਨੂੰ ਅਸੀਂ ਸਪੌਂਸਰ ਕਰਦੇ, ਅਸੀਂ ਕਹਿੰਦੇ ਜਿਹੜੇ ਸਪੌਂਸਰ ਕਰਨ ਵਾਲੇ ਇਹੋ ਜਿਹਿਆਂ ਨੂੰ, ਗੰਦਿਆਂ ਨੂੰ ਜਾਂ ਇਹੋ ਜਿਹਿਆਂ ਨੂੰ ਵੋਟਾਂ ਪਾਉਣ ਵਾਲੇ ਗੰਦੇ ਮਾਂ ਗੰਦੇ ਹੁੰਦੇ ਨੇ, ਉਹਨਾਂ ਦੀ ਸੋਚ ਗੰਦੀ ਹੁੰਦੀ। ਹੁਣ ਤੁਸੀਂ ਕੰਟੀਨਿਊ ਕਰੋ, ਬਿਲਕੁਲ ਚੰਗੇ ਗੱਲ ਕਰਨ ਵਾਲੇ ਦੀ ਕੋਈ ਕਦਰ ਨਹੀਂ ਆਈ ਦੇ ਜ਼ਮਾਨੇ ਦੇ ਵਿੱਚ। ਹੁਣ ਉਹ ਮੈਡੀਕਲ ਕਾਲਜ ਦੇ ਵਿੱਚ, BRD ਮੈਡੀਕਲ ਕਾਲਜ ਦੇ ਵਿੱਚ ਪ੍ਰੋਫੈਸਰ ਤੇ ਡਾਕਟਰ ਸਨ, ਬੱਚਿਆਂ ਦੇ ਮਾਇਰ ਸਨ, ਉਹਨਾਂ ਨੂੰ ਸੰਤਾਪਾਂ ਦਾ ਭੁਗਣਾ ਪਿਆ ਵੀ ਉਹ ਸੱਚ ਬੋਲਣਾ ਸ਼ੁਰੂ ਕੀਤਾ, ਭਾਈ ਬੰਦੇ ਮਰ ਰਹੇ ਜੇ ਕੋਈ ਬੰਦੋਬਸਤ ਕਰ ਲਓ। ਤੇ 9 ਨਵੰਬਰ ਨੂੰ ਪਿਛਲੇ ਸਾਲ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ, ਜੋ ਕਰ ਲਓ ਤੁਸੀਂ, ਭਾਈ ਤੁਹਾਡੀ ਲੋੜ ਨੀ ਹੈ। ਤੇ ਫਿਰ ਡਾਕਟਰ ਸਾਹਿਬ ਨੂੰ ਇੱਕ ਮੈਂ ਕਹੂੰਗਾ ਵੀ ਵਾਕਿਆ ਯੋਗੀ ਦੇ ਖਿਲਾਫ਼ ਤੁਸੀਂ ਚੋਣ ਲੜੋ, ਤੁਹਾਨੂੰ ਕੋਈ ਟਿਕਟ ਦੇਵੇ ਜਾਂ ਨਾ ਦੇਵੇ, ਟਿਕਟ ਦੇਵੇ ਤੇ ਬੜੇ ਪੈਦਾ ਹੋ ਜਾਣਗੇ, ਕੋਈ ਗੱਲ ਨੀ, ਬੜੀਆਂ ਪਾਰਟੀਆਂ ਨੇ ਯੂਪੀ ਦੇ ਵਿੱਚ, ਜੀਪੁਰ ਦੇ ਵਿੱਚ ਘੱਟੋ ਘੱਟ ਮੇਰੇ ਖਿਆਲ 2 ਦਰਜਨ ਤੋਂ ਉੱਪਰ ਪਾਰਟੀਆਂ ਨੇ ਜਿਹੜੀਆਂ ਚੋਣਾਂ ਲੜ ਰਹੀਆਂ ਨੇ, ਕਿਸੇ ਨੇ ਕਿਸੇ ਨੇ ਸਮਝੌਤਾ, ਕਿਸੇ ਨੇ ਕਿਸੇ ਸਮਝੌਤਾ ਕੀਤਾ, ਸਾਡੀਆਂ ਵੀ ਬਦਕਿਸਮਤੀ ਹੈ ਚਾਲਾ ਸਾਹਿਬ।
ਅਸੀਂ ਮਿਆਰ ਦੀ ਗੱਲ ਤੇ ਕਿਰਦਾਰ ਦੀ ਗੱਲ ਛੱਡ ਕੇ ਅਸੀਂ ਜਾਤੀਵਾਦ ਚ ਪੈ ਗਏ। ਇਹ ਵੀ ਲੋਕਤੰਤਰ ਤੇ ਇੱਕ ਬੜਾ ਤਗੜਾ ਧੱਬਾ ਵਾ ਕਿ ਮੇਰੀ ਜਾਤੀ ਦਾ ਫਲਾਣਾ ਜੀ ਮੈਨੂੰ ਵੋਟ ਪਾਉਣੀ ਹੈ, ਮੇਰੀ ਜਾਤੀ ਦਾ ਫਲਾਣਾ ਜੀ ਮੈਨੂੰ ਵੋਟ ਪਾਉਣੀ। ਇਹ ਬਿਮਾਰੀ ਅੱਜ ਪੰਜਾਬ ਚ ਵੀ ਫੈਲਣੀ ਆ, ਥੋੜੀ ਜਿਹੀ ਕਾਫ਼ੀ ਫੈਲਣੀ। ਇਸ ਕਰਕੇ ਡਾਕਟਰ ਕਫੀਲ ਖਾਨ ਜਿਹੜੇ ਆ ਉਹ ਕਹਿੰਦੇ ਵੀ ਅਦਿੱਤਿਆ ਨਾਥ ਜੋਗੀ ਜਿਹੜਾ ਉਹਦੇ ਖਿਲਾਫ ਮੈਂ ਚੋਣ ਲੜਨੀ ਤੈਅ, ਮੈਨੂੰ ਟਿਕਟ ਦੇ ਦਿਓ। ਟਿਕਟ ਹੁਣ ਮਿਲਦੀ ਜਾਂ ਨਹੀਂ ਮਿਲਦੀ, ਉਹਨਾਂ ਜਨਤਕ ਤੌਰ ਤੇ ਅਖਬਾਰ ਦੇ ਵਿੱਚ ਆਪਣਾ ਬਿਆਨ ਦੇ ਕੇ ਗੱਲ ਕਹੀ ਜੀ। ਮੈਂ ਜਿਹੜਾ ਇੱਕ ਆਰਟੀਕਲ ਸਾਂਝਾ ਕੀਤਾ, ਤੁਸੀਂ ਚੰਗੇ ਬੰਦਿਆਂ ਦੀ, ਚੰਗੀ ਸੋਚ ਵਾਲੇ ਬੰਦਿਆਂ ਦੀ, ਮਨੁੱਖਤਾ ਵਾਲੇ ਬੰਦਿਆਂ ਦੀ ਗੱਲ ਕੀਤੀ। ਇੱਕ ਬੀਬੀ ਮੇਰੇ ਖਿਆਲ 'ਚ ਬੜਾ ਚਿਰ ਮੋਰਚਾ ਲਾ ਕੇ ਬੈਠੀ ਰਹੀ ਸੀ, ਉਹਦੀਆਂ ਚੁੰਗੇ 'ਚੋਂ 2.5 ਟਿਕਟਾਂ ਨਿਕਲੀਆਂ ਸੀਗੀਆਂ ਸੀ, ਮਤਲਬ ਵੋਟਾਂ ਉਹਨਾਂ ਨੂੰ ਵੋਟਾਂ ਨਿਕਲੀਆਂ ਸੀ ਜਦੋਂ ਉਹਨੇ ਚੋਣਾਂ ਲੜੀਆਂ ਸੀ। ਸਮੀਲ ਸਮਥਿੰਗ ਹਾਂ ਪੂਰਾ, ਚਲੋ ਥੋੜ੍ਹਾ ਜਿਹਾ ਕੰਪਿਊਟਰ ਕੰਮ ਕਰਦਾ ਮੇਰਾ। ਕਿੱਥੇ ਗਿਆ ਮਹਾਨ ਮੁਲਕ ਵਾਲਾ ਖੁਆਬ? ਅਭਿਜੀਤ ਪਾਠਕ ਹੈ ਪੰਜਾਬੀ ਟ੍ਰਿਬਿਊਨ ਦੇ ਵਿੱਚ ਦੋਸਤੋ, 17 ਜੂਨ ਨੂੰ ਛਪਿਆ ਸੀ, ਮੈਂ ਲਾਈਨਅਪ ਕੀਤਾ ਹੋਇਆ ਸੀ ਉਦੋਂ ਦਾ। ਉਹ ਕਹਿੰਦਾ ਕਿ ਜਾਪਦਾ ਕਿ ਸਾਡੀ ਇਖਲਾਕੀ, ਸੱਭਿਆਚਾਰ ਅਤੇ ਸਿਆਸੀ ਗਰਾਵਟ ਦਾ ਕੋਈ ਅੰਤ ਨਹੀਂ, ਕਿਉਂਕਿ ਅਗਲਾ ਕੁਐਸਚਨ ਜਿਹੜਾ ਨਾ ਮੇਰਾ ਉਹਦੇ ਨਾਲ ਕੋਈ ਰਿਲੇਟਡ ਆ। ਜਾਪਦਾ ਹੈ, ਲੇਖਕ ਕਹਿੰਦੇ ਨੇ, ਸਮਾਜ ਸ਼ਾਸਤਰੀ ਨੇ, ਅਭਿਜੀਤ ਪਾਠਕ ਦੇ ਬੜੇ ਲੇਖ ਸੁਣਾਏ ਨੇ ਮੈਂ, ਔਰ ਟ੍ਰਿਬਿਊਨ ਇੱਕ ਵਾਹਿਦ ਅਖਬਾਰ ਹੈ ਜਿਹੜੀ ਬਹੁਤ ਸਾਰੇ ਸੰਪਾਦਕੀ ਕਲਮਾਂ ਨੂੰ ਜਿਹੜਾ ਹੈ ਉਸ ਥਾਂ ਦਿੰਦੀ ਹੈ, ਮਤਲਬ ਆਪਣੇ ਅਖਬਾਰ ਦੇ ਵਿੱਚ। ਜਾਪਦਾ ਕਿ ਸਾਡੀ ਇਖਲਾਕੀ, ਸੱਭਿਆਚਾਰ ਅਤੇ ਸਿਆਸੀ ਗਰਾਵਟ ਦਾ ਕੋਈ ਅੰਤ ਨਹੀਂ। ਮੁਲਕ ਵਿੱਚ ਅੱਜ ਕੱਲ੍ਹ ਜਿਸ ਤਰ੍ਹਾਂ ਹਿੰਸਾ ਨੂੰ ਧਰਮ ਦੇ ਨਾਂ 'ਤੇ ਪਵਿੱਤਰਤਾ ਦਾ ਦਰਜਾ ਦਿੱਤਾ ਜਾ ਰਿਹਾ, ਉਸ ਤੋਂ ਅਖੌਤੀ ਸਾਧੂਆਂ, ਅਖੌਤੀ ਲਿਖਿਆ ਉਹਨੇ, ਅਤੇ ਗੁੰਡਿਆਂ ਵਿੱਚ ਫਰਕ ਕਰਨਾ ਬਹੁਤ ਮੁਸ਼ਕਲ ਹੋ ਗਿਆ। ਕੀ ਮੈਂ ਹੁਣ ਅਗਲਾ ਕੁਐਸਚਨ ਆ, ਕੀ ਲੋਕਾਂ ਨੇ ਲੀਡਰਾਂ ਦੇ ਗਲਤ ਕਿਰਦਾਰ ਨਾਲ ਸਮਝੌਤਾ ਕਰ ਲਿਆ ਪੱਟੀ ਸਾਹਿਬ? ਕਿਉਂਕਿ ਮੈਂ ਚਾਹੁੰਦਾ ਸੀ ਕੁਝ ਹਟ ਕੇ ਗੱਲ ਕਰੀਏ, ਬਥੇਰਾ ਡੰਡੋਰਾ ਪੁੱਟਿਆ ਜਾ ਰਿਹਾ, ਜੋ ਉਹਨੇ ਉਹਨੂੰ ਕਹਿਤਾ, ਉਹਨੇ ਉਹਨੂੰ ਕਹਿਤਾ, ਕੈਪਟਨ ਨੇ ਆਹ ਕਹਿਤਾ, ਉਹਨੇ ਆਹ ਕਹਿ ਦਿੱਤਾ। ਹਾਂਜੀ, ਸਾਰੀ ਦੁਨੀਆ ਨੂੰ ਪਤਾ ਕਿ ਭਗਵੰਤ ਮਾਨ ਨੇ ਜਿਹੜਾ ਹੁਣ ਬਿਆਨ ਦਿੱਤਾ, ਸਾਰੇ ਪਹਿਲਾਂ ਸੁਸਰੀ ਵਾਂਗੂ ਸੁੱਤੇ ਹੋਏ ਸੀ, ਉਦੋਂ ਕਿਉਂ ਨਹੀਂ ਤੁਸੀਂ ਸੰਸਦ ਦੇ ਵਿੱਚ ਜਾ ਕੇ ਬੋਲੇ? ਮਿੰਟੂ ਜੀ ਨੇ ਬਹੁਤ ਵਧੀਆ ਗੱਲ ਕੀਤੀ, ਹੁਣ ਤੁਸੀਂ ਕਹਿ ਰਹੇ ਪਾਕਿਸਤਾਨ ਤਾਂ ਘਰੇ ਹੀ ਸੀ, ਉਦੋਂ ਨਹੀਂ ਦਿਖਾਈ ਦਿੰਦਾ ਤੁਹਾਨੂੰ? ਮਤਲਬ ਗੱਲ ਕਰੀਏ ਇਹਨਾਂ ਦੇ ਬਿਆਨਾਂ ਦੀ, ਇਹਨਾਂ ਦੇ ਬਿਆਨਾਂ ਨੂੰ ਛੱਡ ਕੇ, ਕੀ ਲੋਕਾਂ ਨੇ ਲੀਡਰਾਂ ਦੇ ਗਲਤ ਕਿਰਦਾਰ ਨਾਲ ਸਮਝੌਤਾ ਕਰ ਲਿਆ ਉੱਥੇ? ਬਿਲਕੁਲ ਬਿਲਕੁਲ, ਵੇਖੋ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਰੇ ਜਿਹੜੀ ਆ, ਜੋ ਕੋਈ ਡਰੱਗ ਮਾਮਲਾ ਚੱਲ ਰਿਹਾ ਵਾ, ਹਾਈ ਕੋਰਟ ਨੇ ਜ਼ਬਾਨ ਤੋਂ ਉਹਨਾਂ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਕਿਹਦੇ ਬਿਹਾਫ ਤੇ ਕੀਤੀ ਆ? ਉਹ ਹਾਈ ਕੋਰਟ ਕਹਿੰਦੀ ਆ ਕਿ ਆਪਣੀ ਤੁਸੀਂ ਦੀ ਐਲਬਮ ਤੁਹਾਡੀ ਵਿਆਹ ਦੀ ਉਹ ਸਾਡੇ ਪੇਸ਼ ਕਰੋ। ਉਹ ਕਹਿੰਦਾ ਮੈਂ ਨੀ ਕਰਦਾ ਜੀ, ਮੈਂ ਡੀਜੀਪੀ ਨੂੰ ਦੇ ਦੂੰਗਾ, ਮੈਂ ਆਈ ਜੀ ਦੇ ਦੂੰਗਾ। ਜੱਜ ਕਹਿੰਦੀ ਨਾ, ਪੇਸ਼ ਕਰੋ। ਇੱਕ ਕਾਰਨ ਉਹਦੀ ਬੇਲ ਰੱਦ ਹੋਣ ਦਾ ਇਹ ਵੀ ਸੀਗਾ, 7 ਵਕੀਲ ਖੜੇ ਕੀਤੇ, ਕਹਿੰਦੀ 7 ਵਕੀਲ ਮਜੀਠੀ ਤੇ ਗੱਲ ਖੜੇ ਸੀ ਉੱਥੇ, ਤਕੜੇ ਵਕੀਲ ਜਿਹੜੇ ਸੀ ਇੰਨੇ ਕੋਲ ਦੇ। ਲੇਕਿਨ ਬੇਲ ਐਪਲੀਕੇਸ਼ਨ ਜਿਹੜੀ ਫਿਰ ਵੀ ਉਹਦੀ ਜਿਹੜੀ ਰੱਦ ਹੋ ਗਈ ਜਮਾਨਤ। ਚਲੋ ਅਸੀਂ ਇਹ ਕਹਿ ਦਿੰਦੇ ਹਾਂ ਵੀ ਇਹ ਮਾਮਲਾ ਜਿਹੜਾ ਅਦਾਲਤ ਦਾ, ਅਦਾਲਤ ਨੇ ਫੈਸਲਾ ਕਰਨਾ ਵੀ ਉਹ ਦੋਸ਼ੀ ਹੈ ਜਾਂ ਨਹੀਂ ਹੈ, ਉਹ ਤੇ ਅਦਾਲਤ ਫੈਸਲਾ ਕਰੇਗੀ। ਅਦਾਲਤ ਨੇ 3 ਸਾਧਨ ਮੰਗੇ ਸੀ, 3 ਦੇ ਦਿੱਤੇ। ਕਿਉਂ ਲੀਜ਼ਾ ਕਹਿੰਦੇ ਦਿੱਤੇ ਵੀ ਇਸ ਬੰਦੇ ਨੇ ਇਲੈਕਸ਼ਨ ਲੜਨੀ ਆ, ਇਹ ਆਪਣੇ ਕਾਗਜ਼ ਵੀ ਦਾਖਲ ਕਰ ਲਏ ਤੇ 3 ਦਿਨ ਦਿੱਤੇ ਸੁਪਰੀਮ ਕੋਲ ਜਾਣ ਵਾਸਤੇ। ਹੁਣ 3 ਦਿਨ ਉਹਦੇ ਕੱਲ ਪੂਰੇ ਹੋ ਜਾਣੇ, ਜੇ ਉਹ ਪੂਰੇ ਹੋ ਜਾਂਦੇ ਕੱਲ, ਉਹ ਆਖਰੀ ਦਿਨ ਆਪਣੇ ਜਿਹੜੇ ਸੀ ਕਾਗਜ਼ ਦਾਖਲ ਕਰਕੇ ਜਿਹੜੇ MLA ਦੇ, ਉਸ ਤੋਂ ਬਾਅਦ ਉਹ ਛੂ ਮੰਤਰ ਹੋ ਜਾਣੇ। ਪੁਲਿਸ ਪਿੱਛਾ ਕਰਦੀ ਕਿ ਨਹੀਂ ਕਰਦੀ ਇਹ ਤਾਂ ਪਤਾ, ਰਾਤ ਦੇ 12 ਵਜੇ ਤੋਂ ਬਾਅਦ ਫਟ ਸਕਦੀ ਹੈ ਪੁਲਿਸ, ਰਾਤ ਦੇ 12 ਵਜੇ ਤੋਂ ਬਾਅਦ ਡੇਟ ਬਦਲ ਜਾਂਦੀ ਹੈ, ਕਿਹੜਾ ਜਾਊਗਾ ਕਿਹੜਾ ਜਾਊਗਾ, ਗੱਲ ਤੇ ਆ। ਹੁਣ ਜੇ ਆਪਾਂ ਕਿਰਦਾਰ ਦੀ ਗੱਲ ਕਰਦੇ ਹਾਂ, ਅੱਜ ਦੀ ਡੇਟ ਦੇ ਕੇਸ ਦੇ ਵਿੱਚ 10 ਸਾਲ ਦੀ ਸਜ਼ਾ ਭੁਗ ਚੁੱਕੇ ਨੇ, ਜੇਲ੍ਹ ਕੱਟ ਚੁੱਕੇ ਨੇ ਜੀ ਜੀ, ਲੇਕਿਨ ਅੱਜ ਫਿਰ ਯਤਨ ਨਹੀਂ ਕਰ ਰਹੇ। ਲੋਕ ਉਹਨੂੰ ਆਪਣੇ ਇਸ਼ਟ ਮੰਨੀ ਜਾਂਦੇ ਆ ਕਿ ਲਓ ਜੀ ਚਾਵਲਾ ਚਟਾਲਾ ਸਾਹਿਬ ਤੇ ਕਿਆ ਬਾਤ ਹੈ। ਚਲੋ ਇੱਥੇ ਹੀ ਗੱਲ ਕਰਦੇ ਨੇ, ਲਾਲੂ ਪ੍ਰਸਾਦ ਯਾਦਵ
ਉਹਨੂੰ ਸਵਾਲ ਪੁੱਛਿਆ ਗਿਆ ਇੱਕ ਦੋਸ਼ ਲੱਗਦਾ ਬੜਾ ਤਕੜਾ ਵੀ ਤੁਸੀਂ ਜਿਹੜਾ ਵਾ ਉਹ ਗਊਆਂ ਦਾ ਚਾਰਾ ਖਾ ਗਏ ਸੁਣੋ ਜਿਨ੍ਹਾਂ ਖਾਇਆ ਉਹ ਤਾਂ ਬੋਲਤੇ ਨਹੀਂ ਬਸ ਇਹੀ ਕਿਹਾ ਜਿਨਕਾ ਖਾਇਆ ਉਹ ਤਾਂ ਬੋਲਤੀ ਨਹੀਂ ਉਨਕੋ ਬੋਲਣਾ ਚਾਹੀਏ ਨਾ ਉਹ ਕਹਿੰਦੇ ਜਿਨਕਾ ਚਾਰਾ ਖਾਇਆ ਉਹ ਤੇ ਬੋਲਤੇ ਨਹੀਂ ਅੱਜ ਵਿਰੋਧੀ ਲੋਕ ਇਨਕੇ ਪੇਟ ਮੇ ਕਿਆ ਦਰਦ ਹੋਤਾ ਹੈ ਮੇਰੇ ਕੋ ਮਾਲੂਮ ਨਹੀਂ ਹੈ ਜਿਨਕਾ ਖਾਇਆ ਉਹ ਤੋ ਬੋਲਤੀ ਕਿਆ ਬਾਤ ਹੈ ਪੰਜਾਬ ਕਿਸੇ ਨੇ ਬਕਾਇਦਾ ਤੌਰ ਤੇ ਇੱਕ ਕਾਰਟੂਨ ਛਾਪਿਆ ਸੀ ਗਾਂ ਜਿਹੜੀ ਆ ਉਹ ਖੜੀ ਆ ਤੇ ਲਾਲੂ ਜੀ ਉਹਦੇ ਉੱਤੇ ਹੱਥ ਫਿਰ ਕੇ ਕਹਿੰਦੇ ਗਾਏ ਹਮਾਰੀ ਮਾਤਾ ਹੈ ਚਾਰਾ ਚੂਰਾ ਨਹੀਂ ਆਤਾ ਹੈ ਔਰ ਹੁਣ ਅਗਲੀ ਗੱਲ ਕਰ ਲੈਂਦੇ ਆਪਾਂ ਜੀ ਅਸੀਂ ਕੱਲੇ ਬਿਕਰਮ ਮਜੂਠੀ ਨੂੰ ਦੋਸ਼ ਨਹੀਂ ਦੇ ਸਕਦੇ ਇੱਕ ਬੰਦੇ ਤੇ ਅਸੀਂ ਟਿੱਪਣੀ ਕਰੀਏ ਤੁਹਾਡੇ ਸਾਹਮਣੇ ਅੱਜ ਸੁਖਪਾਲ ਸਿੰਘ ਖਹਿਰਾ ਜੇਲ੍ਹ ਚ ਤੁਹਾਡੇ ਸਾਹਮਣੇ ਬਕਾਇਦਾ ਤੌਰ ਤੇ ਗੁਰਾਣਾ ਗੁਰਜੀਤ ਸਿੰਘ ਜਿਹਦੇ ਤੇ ਸੰਗੀਨ ਦੋਸ਼ ਲੱਗੇ ਦੋਸ਼ ਲੱਗਣ ਤੋਂ ਬਾਅਦ ਬਕਾਇਦਾ ਤੌਰ ਤੇ ਉਹਨੂੰ ਬਾਹਰ ਆਉਣਾ ਪਿਆ ਉਹਦੇ ਵਿੱਚੋਂ ਕੈਬਨਿਟ ਦੇ ਵਿੱਚ ਕਿਹਦੇ ਤੇ ਦੋਸ਼ ਨਹੀਂ ਲੱਗਿਆ ਇਸ ਕਰਕੇ ਜਿਹੜੀ ਗੱਲ ਇਹ ਆ ਵੀ ਅਸੀਂ ਲੋਕਾਂ ਨੇ ਉਹਨਾਂ ਦੇ ਆਪਣੇ ਕਿਰਦਾਰ ਨਾਲ ਗਲਤ ਕਿਰਦਾਰ ਨਾਲ ਸਮਝੌਤਾ ਕਰਨਾ ਸੀ ਫਿਰ ਕਿਹਨੇ ਲੀਡਰ ਕੱਲ ਦੀ ਜਦੋਂ ਜਮਾਨਤ ਰੱਦ ਹੋਈ ਆ ਮਜੀਠੀਆ ਸਾਹਿਬ ਦੀ ਤੇ ਬਕਾਇਦਾ ਤੌਰ ਤੇ ਉਹਨਾਂ ਨੇ ਸਿੱਪਾ ਸਲਾਹ ਜਿਹੜੇ ਉਹ ਤੇ ਮਜੂਸ ਨੇ ਇਹ ਕੀ ਬਣ ਗਿਆ ਜੀ ਪਰ ਘੱਟੋ ਘੱਟ ਭਾਈ ਜਿੰਨਾ ਚਿਰ ਤੱਕ ਅਸੀਂ ਇਹ ਸਮਝੌਤਾ ਕਰਾਂਗੇ ਉਹਨਾਂ ਚਿਰ ਸਾਡੀ ਸਿਆਸਤ ਦਾ ਕੱਖ ਨਹੀਂ ਬਣ ਸਕਦਾ ਸਾਨੂੰ ਇਹ ਵਖਰੇਵਾ ਕਰਨਾ ਪਊਗਾ ਵੀ ਗਲਤ ਬੰਦੇ ਦਾ ਸਹੀ ਬੰਦੇ ਦਾ ਉਹ ਗਲਤ ਉਹ ਵਖਰੇਵਾ ਨਾ ਜੇ ਹੋਣਾ ਤੇ ਨਾ ਹੋਇਆ ਜੀ ਅਖਬਾਰਾਂ ਦੇ ਵਿੱਚ ਬਕਾਇਦਾ ਤੌਰ ਤੇ ਇਸ਼ਤਿਹਾਰ ਦਿੰਦੇ ਮੇਰੇ ਖਿਲਾਫ ਨੇਕ ਕੇਸ ਚੱਲਦੇ ਜੇ ਇਹ ਮੈਂ ਸਜ਼ਾ ਭੁਗਤਾਇਆ ਜੇ ਅਖਬਾਰਾਂ ਚ ਇਸ਼ਤਿਹਾਰ ਆਉਂਦੇ ਉਹਨਾਂ ਦੇ ਜੀ ਲੇਕਿਨ ਪੋਲੀਟੀਕਲ ਪਾਰਟੀਆਂ ਵੀ ਉਹਨਾਂ ਨੂੰ ਟਿਕਟਾਂ ਦੇਖ ਕੇ ਤੇ ਉਹਨਾਂ ਨੂੰ ਇਲੈਕਸ਼ਨ ਲੜਾਉਣੀਆਂ ਤੇ ਲੋਕ ਵੋਟਾਂ ਪਾ ਰਹੇ ਆ ਸਾਡਾ ਕਿਰਦਾਰ ਆ ਜੀ ਘੱਟੋ ਘੱਟ ਇੱਥੇ ਸਮਝੌਤਾ ਤਾਂ ਨਾ ਕਰੋ ਜੀ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਆ ਜੀ ਤੁਹਾਡੇ ਬੱਚਿਆਂ ਵਾਸਤੇ ਜੀ ਜ਼ਿੰਦਗੀ ਉਹ ਬਣਾਉਣੀ ਨਾ ਲੋਕਾਂ ਨੇ ਜਾ ਕੇ ਜੀ ਕਾਨੂੰਨ ਬਣਾਉਣੇ ਆ ਉੱਥੇ ਵਿਕਾਸ ਦੀ ਗੱਲ ਕਰਨੀ ਆ ਤੇ ਜੇ ਇਹੋ ਜਿਹੇ ਲੋਕ ਜਾਣਗੇ ਤੇ ਫਿਰ ਨਾ ਵਿਕਾਸ ਹੋਣਾ ਤੇ ਨਾ ਕਾਨੂੰਨ ਸਹੀ ਬਣਨੇ ਤੇ ਫਿਰ ਠੀਕ ਆ ਜਿੱਦਾਂ ਚੱਲਦਾ ਚੱਲੀ ਜਾਣ ਦਿਓ ਸਿੱਧੂ ਸਾਹਿਬ ਜਿੰਨੇ ਮਰਜ਼ੀ ਕਹਿ ਜਾਣ ਮੇਰੇ ਕੋਲ ਆ ਪ੍ਰੋਜੈਕਟ ਹੈਗੇ ਜੀ ਮੈਂ ਸਕੀਮ ਲੈ ਆਊਂਗਾ ਜੋ ਮਰਜ਼ੀ ਸੀ ਸਭ ਕਰ ਲਓ ਕੱਖ ਨਹੀਂ ਜੇ ਬਣਨਾ ਜੀ ਉਹਦਾ ਵੀ ਕਾਰਨ ਜੀ ਸਿੱਧੂ ਸਾਹਿਬ ਕਹਿੰਦੇ ਮੈਂ ਇਕੱਲਾ ਹੀ ਭਲਵਾਨ ਇੱਕ ਟੀਮ ਵਰਕ ਆ ਟੀਮ ਤੋਂ ਬਗੈਰ ਕੰਮ ਕੋਈ ਨੀ ਚੱਲ ਸਕਦਾ ਜੋ ਮਰਜ਼ੀ ਕਰ ਲੈ ਜਿਹੜਾ ਮਰਜ਼ੀ ਮੁੱਖ ਮੰਤਰੀ ਬਣ ਜਾਏ ਜੋ ਮਰਜ਼ੀ ਮੁੱਖ ਮੰਤਰੀ ਕਰ ਲੈ ਟੀਮ ਤੋਂ ਬਗੈਰ ਗੱਲ ਨਹੀਂ ਟੀਮ ਬਾਕੀ ਟੀਮ ਤੋਂ ਬਗੈਰ ਗੱਲ ਨਹੀਂ ਚੱਲਦੀ ਜੀ ਕੋਈ ਕੋਈ ਦੋ ਰਾਵਾਂ ਨਹੀਂ ਤੇ ਸਿੱਧੂ ਸਾਹਿਬ ਕਹਿੰਦੇ ਨਾ 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 ਟੀਮ ਟੂਮ ਦੀ ਲੋੜ ਨਹੀਂ ਮੈਂ ਤਾਂ ਫੜ ਕੇ ਦੱਦੂ ਅੰਦਰ ਮੈਂ ਤਾਂ ਕਰ ਦੂ ਇੱਧਰ ਭਾਜੀ ਤੁਸੀਂ ਕਰਕੇ ਵਿਖਾਓ ਜੇ ਤੁਹਾਡੇ ਸੱਠ ਹੈ ਬੰਦੇ ਚ ਸੱਠ ਤੇ ਸੱਠ ਹੀ ਜਾ ਕੇ ਦਿੱਲੀ ਬਹਿ ਜਾਣਗੇ ਲਾਓ ਇਹਨੂੰ ਸਾਨੂੰ ਨੀ ਲੋੜ ਇਹਦੀ ਜੀ ਬਿਲਕੁਲ ਚੰਨੀ ਤੇ ਕਿਹੜੇ ਇਲਜ਼ਾਮ ਨਹੀਂ ਲੱਗੇ ਕੈਪਟਨ ਅਮਰਿੰਦਰ ਸਿੰਘ ਦੇ ਇਲਜ਼ਾਮ ਲੱਗ ਚੰਨੀ ਦੇ ਉੱਤੇ ਠੋਕੇ ਲਾਏ ਵੀ ਇਹ ਰਿੱਤ ਦਾ ਵਪਾਰੀ ਰਿਹਾ ਇਹਨੂੰ ਪਹਿਲਾਂ ਝਾੜ ਪਾਈ ਸੀ ਜੀ ਇਸ ਕਰਕੇ ਅਸੀਂ ਇਹਨਾਂ ਲੀਡਰਾਂ ਦੇ ਗਲਤ ਕਿਰਦਾਰ ਨਾਲ ਸਮਝੌਤਾ ਕਰ ਲਿਆ ਪੋਲੀਟੀਕਲ ਪੋਲੀਟਿਕਸ ਚ ਆ ਕੇ ਸਾਡਾ ਕੱਖ ਨਹੀਂ ਬਣ ਸਕਦਾ ਜਿੰਨਾ ਚਿਰ ਤੱਕ ਇਸ ਗੱਲ ਨੂੰ ਸਮਝੇ ਨਾ ਵੀ ਨਹੀਂ ਕਿਸੇ ਇਮਾਨਦਾਰ ਨੂੰ ਦੇਸ਼ ਸੇਵਕ ਨੂੰ ਵੋਟ ਪਾ ਕੇ ਕਾਮਯਾਬ ਕਰੋ ਫਿਰ ਭਾਵੇਂ ਗੱਲ ਸੜੀ ਬਣ ਜਾਏ ਪਰ ਸਾਹਿਬ ਮੈਸੇਜ ਆਇਆ ਲਾਸਟ ਨੰਬਰ 8000 ਸਾਨੂੰ ਬੜਾ ਐਕਟਿਵ ਰਹਿਣਾ ਪੈਂਦਾ ਜੀ ਇੱਧਰ ਕਾਲਾਂ ਵੀ ਤੁਹਾਡੇ ਵਾਲੇ ਵੀ ਇੱਧਰ ਵੀ ਕੋਈ ਨਵੀਂ ਕੋਈ ਖਬਰ ਕੋਈ ਨਵਾਂ ਕੋਈ ਬ੍ਰੇਕਿੰਗ ਨਿਊਜ਼ ਸਾਰਾ ਕੁਝ ਜਿਵੇਂ ਟੀਮ ਵਰਕ ਹੀ ਹੈ ਸਾਰਾ ਕੁਝ ਆਪਾਂ ਲੱਗੇ ਹੋਏ ਹਾਂ ਡਾਕਟਰ ਸਵੇ ਮਾਨ ਹੋਣਾ ਦੇ ਬਾਰੇ ਹੈ ਕਿ ਪੰਜਾਬ ਨੂੰ ਜਗਾਉਣ ਲਈ ਪਹਿਲਾਂ ਕਿਸਾਨ ਮੋਰਚੇ ਚੋਂ ਹੁਣ ਪੰਜਾਬ ਨੂੰ ਜਗਾਉਣ ਲਈ ਜ਼ੋਰ ਲਾ ਰਹੇ ਨੇ ਕੀ ਹੁੰਗਾਰਾ ਦੇਣਗੇ ਡਾਕਟਰ ਸਵੇ ਮਾਨ ਨੂੰ ਲੋਕ ਦਿੱਲੀ ਦੂਰ ਹੈ ਬਹੁਤ ਮੁਸ਼ਕਲ ਆ ਜੀ ਬਹੁਤ ਮੁਸ਼ਕਲ ਆ ਪਹਿਲੀ ਗੱਲ ਤੇ ਸੰਯੁਕਤ ਕਿਸਾਨ ਸਮਾਜ ਮੋਰਚਾ ਇੱਕ ਨਹੀਂ ਰਿਹਾ ਪਹਿਲਾਂ ਸੀਪੀਆਈ ਐਮਐਲਏ ਨੇ ਡੰਕਾ ਵਜਾਤਾ ਤੇ ਕੱਲ ਦਾ ਸੀਪੀ ਨੇ ਵਜਾਤਾ ਵੀ ਸਾਡੇ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਰਾਜੇਵਾਲ ਨੇ ਪੂਰੀ ਕਰੇਗੀ ਤੇ ਅਸੀਂ ਆਪਣੇ 23 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਾਂਗੇ ਅਸੀਂ ਜੀ ਆਪਣੇ ਚੋਣ ਨਿਸ਼ਾਨ ਤੇ ਚੋਣ ਲੜਾਂਗੇ ਮਤਲਬ ਦੋ ਤਿੰਨ ਪਾਰਟੀਆਂ ਹੋਰ ਲਾਂਭੀ ਹੋ ਗਈਆਂ ਤੁਹਾਡੇ ਤੋਂ ਡਾਕਟਰ ਸਵੇ ਮਾਨ ਦੀ ਮੈਂ ਗੱਲ ਨਾਲ ਸਹਿਮਤ ਨਹੀਂ
जिन्ना उस बंदे ने काम किया वा जिन्ना ओदा बंदे दा उच्चा उच्चा किरदार सीगा उन्हें की लैना इस गल कोशिश जरूर की उन्हें जे डॉक्टर साहब तुसीं कोशिश की ना तुसीं कहिंदे भाई मैं तुहाडे नाल तद खड़ा जे बत्ती दीआं बत्ती जथेबंदियां इक मंच ते खड़दियां ने जे नहीं खड़िया तुसीं उदां करो चंगा जी सति श्री अकाल मोर्चा वापस हो गया तुसी भी वापस बेसिकली तो यह बनता सी पर उत्थे उन्होंने वेख्या कि यार इत्थे बहुत दुनिया मेरे गुणगान सोशल नेटवर्क मीडिया से मतलब बहुत लहर चली है उत्थे बहुत सारे इहो जे सवाल भी ने। मैं पट्टी साहब डॉक्टर सवेमान हुणां नूं नहीं जाणदा उन्हां दे सोशल नैटवर्क मीडिया तो ही वह बिल्कुल उस तरह उजागर हुंदे ने जिवें पाकिस्तान दे विच ना एक काफ़ी चिर पहला चार पाँच साल पहला शायद एक मौलवी साहब अमेरिका तो जां इंग्लैंड तो गए मैं याद नहीं कि जां कनेडा आई थिंक कनेडा तो गए थे उन्हें जाकर तरसली मचाती ही पाकिस्तान दे विच लहर खड़ी करती सी लहर मतलब सरकार भरथू पाता सी जाके है ना पता नहीं वह कनेडियन सिटीजन सी या नहीं पर डॉक्टर सवेमान अमेरिकन सिटीजन मैं पढ़ जिन्हों तक मैं पढ़िया हो सकता मैं गलत भी होवां है ना डॉक्टर ने वह उत्थे गए किसान मुस्तफा मेरे को थोड़ा मैं नहीं जानता कौन ने ए बी सी मैं दीप सिद्धू बारे जिन्ना कु हरकतों तो आइडिया लाया आप बोल चुके हैं उस वो नहीं बोलेंगे लखा सदारा शरेआम कहिंदा मैं गुंडागर्दी की है मैं कहना जिहड़ा बंदा कहिंदा मैं गुंडागर्दी की है मैं को करवाई गई यार गां मैं उन्हें सुधरन का मौका दे दियो तो फिर सुधरन का मौका बंदे नूं सजा दे मुताबिक सजा भुगत रही उन्हें तेनों सजा हो गया हुण गाड़ी साडे नेता वा नेता लोग जिन्हां दा तुसीं जिक्र कीता उह भी तो आउंदे ना बाहर उन्हें भी तो कम किए हुणे आपां गल की भी गुंडे लीडर बन गए लीडर कहिंदे भी अहीं गुंडिया काम करवाते ही तो अं हूँ काम कर लें है ना केस उन्हें ताइयो केस ही है ना उन्होंने मसला तो है। मैं एक छोटी जी गल दसनी चाहना कि एक डॉक्टर सी साइंटिस्ट उस किसी चीज़ पर सर्च कर रहा है तो मतलब दुध लवाया सी उन्हें किसी घरों दुध देने दुध दे के चल जाता उन्हें बड़े मतलब सत्कार दुध लेना पैसे दे देने एक दिन उन्हें दुध में जो वेख्या भी मैनू शायद हो सकता कि थ्रैट आई तो उन्हें दुध पर भी शक किया कि दुध शायद मैनू जोड़ा है ये कोई पॉइजन पवा के ना दिता जाए मिलावट ना होने उन्हें खोज की पेस्टिसाइड मिलया है ना उन्हें तो जट घेर लिया जो दुध देने वाला ही दुधी वह कहता मालको तुम आ मतलब मैं जितों लिया मेरे नाल चलो मैं तुम्हें प्योर 100% क्लीयर चीज़ दिना मैनू ये नहीं आ वो भाई साहब जो उन्हें जाके दुध चुवाया अपने अखा के नाल फिर भी उन्होंने उन्नी मात्रा के पेस्टिसाइड मिले क्योंकि डंगर बछिया गावान मझा असी वो खवा रहे हैं जो अं आप खा रहे हैं ना है ना असी धरती जहरीली बना ली है असी किसी पर विश्वास ही नहीं कर सकते दुध पुत की लोग सहु खाते ने मैं कहना कि चंगा भी बंदा आ जाए ना एक मतलब उत्तों को रैबर भी आ जाए असी उन्होंने भी मतलब कैरी आखना वेखना इन्ने सचेत हो चुके हैं जां इन्ने असी शातर हो चुके हैं इन्ने साडे दिमाग हिल चुके असी किसी ते भी विश्वास नहीं करना जिहो जे अहीं आ उहो जिहा सानूं बंदा चाहीदा उहो जिही साडी सानूं पार्टी चाहीदी है उहो जिहा ही सानूं नेता चाहीदा जिहड़े साडे मैं घुग्गी होणां दी गल बड़ी चंगी लगी काम ते असी आप खुद गलत करने ने काम असी घटिया तो घटिया करने ने साडे धीआं पुत्तां ने भी करने ने ते फिर लीडरां को काम घटिया करवाउण दे बदले जदों असीं गलत काम करदे आं गलत करवाउण दे बदले गलत फैसले दोणे ते फिर चंगा नेता कित्थों लभ लांगे असीं बिल्कुल जी बिल्कुल पता हुंदा कि साडा मुंडा गलत आ फिर भी अहीं कहिंदे नहीं 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 कुछ करो जी ते करन वाले ने तुहाडे कोल मुड़ के कुछ करवाउणा ही आ हजार दे के पांच साल फिर तुहानूं छित्तर फेरना ही आ उन्होंने उन्होंने चपेड़ा मारनी मारनिया उन्हों का भी कोई कसूर नहीं कसूर ताना बना ही उलझे एक नहीं तांदी उलझा पिया। अच्छा दो सवाल ने एक तो डेरा सिरसा पुजे कांग्रसी ते भाजपा ही उम्मीदवार ये बारे क्विकली की कहना चाहोगे देखो जी जो मर्जी हो जाए मैं अगे भी तुहाडे नाल गल कीती सी उन्हां कोले वोटां नहीं
मालवे दे घट्टो घट 12 जिले विच ओ अपना प्रभाव रखदे जी, इन्ना कोई होण दे बावजूद ਉਹਨਾਂ ਦੇ ਕੋਲ ਤੁਸੀਂ ਕਾਂਗਰਸੀ ਤੇ ਭਾਜਪਾ ਹੀ ਗਏ। ਮੈਂ ਨਾ ਕੱਲ ਨੂੰ ਕਾਲੀਆਂ ਵੀ ਜਾਣਾ, ਕਮਿਊਨਿਸਟਾਂ ਵੀ ਜਾਣਾ ਉਹਨਾਂ ਕੋਲੇ। ਭਾਈ ਵੋਟਾਂ ਸਾਨੂੰ ਪਾਇਓ ਤੁਸੀਂ, ਲੇਕਿਨ ਉਹ ਜਿਹੜਾ ਫੈਸਲਾ ਕਰਦੇ ਨਾ ਉਹ ਇੱਕ ਪਾਰਟੀ ਦੇ ਹੱਕ ਚ ਨਹੀਂ ਕਰਦੇ, ਉਹ ਉਮੀਦਵਾਰ ਦੇ ਹੱਕ ਚ ਕਰਦੇ। ਵੱਖ ਵੱਖ ਜਿਹੜੀਆਂ ਵਿਧਾਨ ਸਭਾਵਾਂ ਵਾ ਉਹਨਾਂ ਦੇ ਉੱਤੇ ਵੱਖ ਵੱਖ ਉਮੀਦਵਾਰਾਂ ਦੀ ਸਪੋਰਟ ਜਿਹੜੀ ਕਰਨੀ ਉਹਨਾਂ ਦੇ ਰਾਜਸੀ ਵਗਨੇ ਕਰਨੇ ਆ। ਤੇ ਜਿਹੜੇ ਲੋਕ ਇੰਨੀ ਜਲ ਜਾ ਕੇ ਉੱਥੇ ਵੋਟਾਂ ਮੰਗਦੇ ਕਹਿੰਦੇ ਜੀ ਅਸੀਂ ਤੁਹਾਨੂੰ ਬੇਅਦਬੀ ਦਾ ਇਨਸਾਫ ਦੇਵਾਂਗੇ, ਕੀ ਉਹ ਬੇਅਦਬੀ ਦਾ ਇਨਸਾਫ ਦੇ ਸਕਣਗੇ ਸਾਨੂੰ? ਭਾਜਪਾ ਵਾਲੇ ਜਿਹੜੀਆਂ ਡੀਂਗਾਂ ਮਾਰਦੇ ਬੇਅਦਬੀ ਦਾ ਇਨਸਾਫ ਦੇ, ਬੇਅਦਬੀ ਤੇ ਸ਼ਰੇ ਕੰਧ ਤੇ ਨਿਕਲ ਸਕਦਾ ਵੀ ਉਹ ਸੱਚੇ ਦੇ ਸਾਧ ਡੇਰੇ ਬੰਦੇ ਜਿਹੜੇ ਬੰਦੇ ਸੀ ਉਹ ਇਨਵੋਲਵ ਸੀ ਵਿੱਚ, ਬੰਦੇ ਫੜੇ ਵੀ ਕਿ ਕਦਾ ਇਨਸਾਫ ਦਿਓ ਫਿਰ ਤੁਸੀਂ? ਬਸ 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 ਇਸ ਕਰਕੇ ਇਹਨਾਂ ਸਾਰੇ ਜਣੇ ਇਹਨਾਂ ਲੋਕਾਂ ਨੂੰ ਵੋਟਾਂ ਚਾਹੀਦੀਆਂ, ਬਸ ਵੋਟ ਚਾਹੀਦੀ ਹੈ, ਕੁਰਸੀ ਚਾਹੀਦੀ ਹੈ। ਕੋਈ ਇਖਲਾਕ ਦੀ ਗੱਲ ਨੀ, ਕੋਈ ਕਿਰਦਾਰ ਦੀ ਗੱਲ ਨੀ, ਕੋਈ ਪੰਜਾਬ ਦੀ ਗੱਲ ਨੀ, ਕੁਛ ਨੀ ਗਾ। ਕੁਰਸੀ ਥੱਲੇ ਆਉਣੀ ਚਾਹੀਦੀ ਆ। ਕਿਸੇ ਵੇਲੇ ਨੱਥੂ ਰਾਮ ਜਿਹੜੇ ਸਾਡੇ MLA ਰਹੇ ਨੇ ਪਿਛਲੀ ਟਿਕਟ ਨੀ ਮਿਲੀ ਇਹਨਾਂ ਨੂੰ ਬੰਨੂ ਵਾਲੇ ਤੋਂ, ਇਹਨਾਂ ਦੇ ਫਾਦਰ ਨੇ ਬਕਾਇਦਾ ਤੌਰ ਤੇ ਉਹ ਠੇਕੇ ਤੇ ਕਣਕ ਵੱਢਦੇ ਹੁੰਦੇ ਸੀ, ਠੇਕੇ ਤੇ ਸਾਰਾ ਪਰਿਵਾਰ ਲੈ ਕੇ MLA ਹੋਣ ਦੇ ਬਾਵਜੂਦ ਵੀ। ਤੇ ਇੱਕ ਚਾਦਰ ਕੋਲ ਹੁੰਦੀ ਸੀ, ਉਹ ਉੱਥੇ ਟੰਗੀ ਹੁੰਦੀ ਸੀ ਦਰਖਤ ਦੇ ਉੱਤੇ, ਤੇ ਜੇ ਕੋਈ ਆ ਕੇ ਜੀ ਮੇਰਾ ਫਲਾਣਾ ਕੰਮ, ਤੇ ਪਰਿਵਾਰ ਨੂੰ ਕਹਿਣਾ ਵੀ ਜਦੋਂ ਤੁਸੀਂ ਕੰਮ ਵੱਢੋ ਕਣਕ ਤੇ ਮੈਂ ਤਾਂ ਕੰਮ ਕਰਾਵਾਂ, ਉਹ ਚਾਦਰ ਬੰਨਣੀ ਨਾਲ ਤੁਰ ਪੈਣਾ, ਕੰਮ ਕਰਾ ਕੇ ਸ਼ਾਮੀ ਆ ਕੇ ਫਿਰ ਭਰੀਆਂ ਬੰਨੀ ਜਾਣੀ ਉੱਥੇ। ਇਹ ਆ ਸੇਵਾ। ਤਨਖਾਹ ਉਦੋਂ ਬੜੀ ਘੱਟ ਹੁੰਦੀ ਸੀ, ਪਿੰਡ ਹੁੰਦੀ ਨੀ ਸੀ, ਕੋਈ ਗੱਡੀ ਨੀ ਸੀ, ਕੋਈ ਬੱਸ ਨੀ, ਕੋਈ ਕਾਰ ਨੀ ਸੀ ਮਿਲਦੀ ਇਹਨਾਂ ਨੂੰ, ਸਿਰਫ ਤੇ ਸਿਰਫ ਰੋਡਵੇਜ ਦੀ ਬੱਸ ਦੇ ਉੱਤੇ 2 ਤੇ 3 ਨੰਬਰ ਤੇ ਲਿਖਿਆ ਸੀ ਓਨਲੀ ਫਾਰ MLA ਜੀ, ਉੱਥੇ ਬਹਿ ਕੇ ਜਾਂਦੇ ਸੀ ਚੰਡੀਗੜ੍ਹ ਜੀ। ਤੇ ਅੱਜ ਗੱਡੀਆਂ ਨੇ ਟੈਲੀਫੋਨ ਤੇ ਤੁਸੀਂ 500 ਰੁਪਇਆ ਦਿਓ ਤੇ ਮੈਂ ਕਿਹਾ ਤੁਹਾਨੂੰ ਜਿਹੜੇ ਵੀ ਸਾਰਾ ਨੈਟ ਤੱਕ ਮਿਲ ਜਾਂਦਾ, 15-15 ਹਜ਼ਾਰ ਰੁਪਇਆ ਸਰਕਾਰ ਦਿੰਦੀ ਇਹਨਾਂ ਨੂੰ ਜੀ। ਇਸ ਕਰਕੇ ਜਿਹੜੀ ਇਹ ਲੋਕ ਇਹਨਾਂ ਨੂੰ ਕੁਰਸੀ ਚਾਹੀਦੀ ਆ, ਲੁੱਟ ਮਾਰ ਦਾ ਮੌਕਾ ਚਾਹੀਦਾ ਵਾ, ਬਾਕੀ ਇਹਨਾਂ ਨੂੰ ਕਿਸੇ ਨਾ ਗੁਰੂ ਗ੍ਰੰਥ ਸਾਹਿਬ ਨਾਲ ਨੀ, ਕਿਸੇ ਪੰਥ ਨਾਲ ਨੀ, ਕਿਸੇ ਗ੍ਰੰਥ ਨਾਲ ਨੀ, ਕਿਸੇ ਵਿਅਕਤੀ ਨਾਲ ਨੀ, ਕੁਰਸੀ ਜਿਹੜਾ ਮਰਜ਼ੀ ਮਿਲ ਜੇ। ਸਵੇਰੇ ਮਿਲਦੇ ਆ ਫਿਰ, ਭੁੱਲਾ ਚੁੱਕਾ ਦੀ ਮਾਫ਼ੀ। ਕੱਲ ਗੱਲ ਕਰਾਂਗੇ ਸ਼ਨੋ ਦੇਵੀ ਦੀ ਸੀ ਜੀ। ਹਾਂ ਕਿਉਂ ਨੀ ਜੀ, ਜਿਹੜੀ ਪਹਿਲੀ ਡਿਪਟੀ ਸਪੀਕਰ ਬਣੀ ਹੈ। ਡੈਫੀਨੇਟਲੀ ਸਪੀਕਰ ਬਣੀ ਹੈ। ਬਹੁਤ 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 ਮਿਹਰਬਾਨੀ, ਥੈਂਕ ਯੂ ਬੜੀ ਸਾਹਿਬ, ਸਵੇਰੇ ਮਿਲਦੇ ਆ, ਰੱਬ ਰੱਖੇ ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।